ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 3 A 2020 ਐਡੀਸ਼ਨ ਲੈਸਨ B ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਆਵਾਜਾਈ ਦੇ ਸਾਧਨ ਟਰਾਂਸਪੋਰਟੇਸ਼ਨ ਦੇ ਸਾਧਨਾਂ ਦੇ ਨਾਮ ਬਾਰੇ ਪੜਾਂਗੇ ਠੀਕ ਹੈ ਤੇ ਇਹਦੇ ਵਿੱਚ ਕੁਝ ਵੋਕੈਬਲਰੀ ਦੇ ਸ਼ਬਦ ਹੈਗੇ ਨੇ ਜਿਹੜੇ ਤੁਹਾਨੂੰ ਸ਼ਾਇਦ ਆਂਦੇ ਨੇ ਪਰ ਆਪਾਂ ਦੁਬਾਰਾ ਰਿਵਿਊ ਕਰ ਲੈਣੇ ਆ ਠੀਕ ਹੈ ਕਦੀ ਨਹੀਂ ਨੈਵਰ ਤੇਜ਼ ਫਾਸਟ ਵਰਤੇ ਜਾਂਦੇ यूज्ड ਆਮ ਕਾਮਨ ਹੌਲੀ ਸਲੋ ਸੜਕ ਰੋਡ ਕਦੀ ਕਦੀ ਸਮਟਾਈਮਸ ਦਿਸ ਇਜ਼ ਕਦੀ ਨਹੀਂ ਐਂਡ ਦਿਸ ਇਜ਼ ਕਦੀ ਕਦੀ ਚੀਜ਼ਾਂ ਥਿੰਗਸ ਪੈਟਰੋਲ ਗੈਸ ਠੀਕ ਹੈ ਦਵਾਂਜੀ ਪੁੱਟ ਇਨ ਇਨ ਦਾ ਕਾਰਸ ਆਵਾਜਾਈ ਦੇ ਸਾਧਨਾਂ ਦੇ ਨਾਮ ਪੜੋ ਸਾਈਕਲ ਮੋਟਰਸਾਈਕਲ ਕਾਰ ਇਹਨੂੰ ਗੱਡੀ ਵੀ ਕਹਿੰਦੇ ਆ ਪੰਜਾਬੀ ਦੇ ਵਿੱਚ ਐਂਬੂਲੈਂਸ ਪਿਕਅਪ ਤੇ ਕਈ ਲੋਕ ਇਹਨੂੰ ਪਿੱਕਾ ਕਹਿੰਦੇ ਆ ਐਸ ਯੂ ਵੀ ਸਪੋਰਟਸ ਯੂਸਿਟੀ ਵਹੀਕਲ ਵੈਨ ਆਰ ਵੀ ਰੀਕ੍ਰੀਏਸ਼ਨਲ ਵਹੀਕਲ ਬੱਸ ਰੇਲ ਗੱਡੀ ਠੀਕ ਹੈ ਗੱਡੀ ਕਾਰ ਨੂੰ ਵੀ ਕਹਿੰਦੇ ਆ ਤੇ ਰੇਲ ਗੱਡੀ ਸੇ ਰੇਲ ਗੱਡੀ ਗਰਮ ਹਵਾ ਗੁਬਾਰਾ ਦਿਸ ਇਜ਼ ਹਾਟਰ ਬਲੂਨ helicopter ਹਵਾਈ ਜਹਾਜ਼ ਕਿਸ਼ਤੀ ਸਮੁੰਦਰੀ ਜਹਾਜ਼ ਠੀਕ ਹੈ ਸਪੈਦੇ ਵਿੱਚ 15 ਚੀਜ਼ਾਂ ਦੇ ਨਾਮ ਲਿਖੇ ਨੇ ਇਹ ਤੁਸੀਂ ਯਾਦ ਕਰ ਲੈਣਾ ਸਮੁੰਦਰੀ ਜਹਾਜ਼ ਮੀਨਸ ਸਮੁੰਦਰ ਦਾ ਜਹਾਜ਼ ਪਲੇਨ um this is um um ਸੀ অর ਓਸ਼ਣ ਠੀਕ ਹੈ ਹਵਾਈ ਮੀਨਸ ਹਵਾ ਜਹਾਜ਼ ਮੀਨਸ ਪਲੇਨ ਦੁਨੀਆ ਵਿੱਚ ਆਵਾਜਾਈ ਦੇ ਬਹੁਤ ਸਾਧਨ ਹਨ ਤੁਸੀਂ ਕਾਰਾਂ ਵੈਨਾਂ ਸਾਈਕਲ ਮੋਟਰਸਾਈਕਲ ਐਂਬੂਲੈਂਸਾਂ ਪਿਕਅਪ ਐਸਯੂਵੀਆਂ ਆਰਵੀਆਂ ਬੱਸਾਂ ਰੇਲ ਗੱਡੀਆਂ ਟ੍ਰੇਨਾਂ ਉਹ ਇਟ ਸ਼ੁੱਡ ਟ੍ਰੈਮਾ ਹੈਲੀਕਾਪਟਰ ਟਰੱਕ ਅਤੇ ਹਵਾਈ ਜਹਾਜ਼ ਆਮ ਦੇਖਦੇ ਹੋ ਗਰਮ ਹਵਾ ਦੇ ਗੁਬਾਰੇ ਸਮੁੰਦਰੀ ਜਹਾਜ਼ ਅਤੇ ਕਿਸ਼ਤੀਆਂ ਕਦੀ ਕਦੀ ਦੇਖਦੇ ਹੋ ਕਈ ਸਾਧਨ ਸੜਕ ਤੇ ਚੱਲਦੇ ਹਨ ਕਈ ਪਾਣੀ ਵਿੱਚ ਅਤੇ ਕਈ ਹਵਾ ਵਿੱਚ ਕਈ ਤੇਜ਼ ਚੱਲਦੇ ਹਨ ਅਤੇ ਕਈ ਹੌਲੀ ਕਈ ਬਿਜਲੀ ਨਾਲ ਚੱਲਦੇ ਹਨ ਕਈ ਪੈਟਰੋਲ ਨਾਲ ਅਤੇ ਕਈ ਸਾਡੀਆਂ ਲੱਤਾਂ ਅਤੇ ਪਾਵਾਂ ਨਾਲ ਇਹ ਸਾਰੇ ਸਾਧਨ ਲੋਕਾਂ ਅਤੇ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਣ ਲਈ ਵਰਤੇ ਜਾਂਦੇ ਹਨ So there are only 96 words in this essay. You should be able to read in three minutes. Not too bad, right? And read it many times so you can actually read it in less than three minutes. Activity. Find and circle all the vocabulary words in the essay. Vocabulary words are in the table and all the names of the transportation vehicles. So when you read again, sare Shabad, the choose the correct answers to the following questions ambulance kis layi varti jandi hai now ambulance ethe nahi likhya but you know why ambulance varti jandi hai right ambulance bimar lokan nu park le jaan layi varti jandi hai ambulance bimar lokan nu hospital le jaan layi varti jandi hai ambulance bimar lokan nu ghar le jaan layi varti jandi hai so think about it kithe le jaan di varti jandi hai awa jayida ਕਿਹੜੇ ਸਾਧਨਾਂ ਦੇ ਦੋ ਪਹੀਏ ਹੁੰਦੇ ਹਨ ਇਟ ਸ਼ੁਡ ਬੀ ਦੇ ਆਵਾਜ਼ ਆਈ ਦੇ ਕਿਹੜੇ ਸਾਧਨਾਂ ਦੇ ਦੋ ਪਹੀਏ ਹੁੰਦੇ ਹਨ ਮੋਟਰਸਾਈਕਲ ਅਤੇ ਹੈਲੀਕਾਪਟਰ ਮੋਟਰਸਾਈਕਲ ਅਤੇ ਕਿਸ਼ਤੀ ਮੋਟਰਸਾਈਕਲ ਅਤੇ ਸਾਈਕਲ ਠੀਕ ਹੈ ਕਿੰਨਾਂ ਦੇ ਦੋ ਪਹੀਏ ਹੁੰਦੇ ਹਨ ਆਵਾਜ਼ ਆਈ ਦੇ ਕਿਹੜੇ ਸਾਧਨਾਂ ਦੇ ਕੋਈ ਪਹੀਏ ਨਹੀਂ ਹੁੰਦੇ ਇਟ ਸ਼ੁਡ ਫੇ ਦਾ ਦੇ ਨਾਟ ਦਾ I don't know ਗਲਤ ਹੈ ਮਿਸਟੇਕ ਹੈ ਮੇਰੀ ਠੀਕ ਹੈ ਕਿਹੜੇ ਪੀਅ ਨਹੀਂ ਹੁੰਦੇ ਹੈਲੀਕਾਪਟਰ ਹਵਾਈ ਜਹਾਜ਼ ਤੇ ਕਿਸ਼ਤੀ ਹੈਲੀਕਾਪਟਰ ਕਿਸ਼ਤੀ ਅਤੇ ਗਰਮ ਹਵਾ ਦਾ ਗੁਬਾਰਾ ਹੈਲੀਕਾਪਟਰ ਕਿਸ਼ਤੀ ਅਤੇ ਹਵਾਈ ਜਹਾਜ਼ ਨਾਊ ਯੂ ਰਿਮੈਂਬਰ ਦੈਟ 에ਅਰਪਲੇਨਸ ਹੈਜ਼ व्हील्स ਰਾਈਟ 에ਅਰਪਲੇਨ ਹੈਜ਼ व्हील्स ਸੋ ਥਿਸ ਇਸ ਨਾਟ ਦ ਰਾਈਟ ਆਨਸਰ ਸੋ ਯੂ ਨੀਡ ਟੂ ਫਿਗਰ ਆਊਟ ਕਿਡਾ ਰਾਈਟ ਆਨਸਰ ਹੈ ਮੰਡੇ ਹੋਮਵਰਕ ਰਾਈਟ ਆਨਸਰਸ ਟੂ ਦ ਫੋਲੋਇੰਗ ਕੁਐਸਚਨਸ ਆਵਾਜਾਈ ਦੇ ਕਿਹੜੇ ਸਾਧਨ ਪਾਣੀ ਤੇ ਚੱਲਦੇ ਹਨ ਵਿੱਚ ਵਹੀਕਲਸ ਕੋ ਆਨ ਵਾਟਰ ਯੂ ਕੈਨ ਫਿਗਰ ਇਟ ਆਊਟ ਆਵਾਜਾਈ ਦੇ ਕਿਹੜੇ ਸਾਧਨ ਸੜਕ ਤੇ ਚੱਲਦੇ ਹਨ ਆਵਾਜਾਈ ਦੇ ਕਿਹੜੇ ਸਾਧਨ ਹਵਾ ਵਿੱਚ ਚੱਲਦੇ ਹਨ ਆਵਾਜਾਈ ਦੇ ਕਿਹੜੇ ਸਾਧਨ ਸਾਡੀਆਂ ਲੱਤਾਂ ਬਾਹਾਂ ਨਾਲ ਚੱਲਦੇ ਹਨ ਆਵਾਜਾਈ ਦਾ ਕਿਹੜਾ ਸਾਧਨ ਸਭ ਤੋਂ ਤੇਜ਼ ਚੱਲਦਾ ਹੈ ਤੁਸੀਂ ਆਵਾਜਾਈ ਦਾ ਕਿਹੜਾ ਸਾਧਨ ਕਦੀ ਨਹੀਂ ਵਰਤਿਆ ਯੂ ਮੇ ਹੈਵ ਸੀਨ ਇਟ ਬਟ ਯੂ ਹੈਵ ਨੇਵਰ ਯੂਜ਼ਡ ਇਟ ਮੇਬੀ देयर ਆਰ ਟੂ ਯੂ ਹੈਵਨਟ ਯੂਜ਼ਡ ਇਟ Okay. I, for example, have never used this or this. Ambulance No ambulance I used. I, I had to go to hospital once, but everything else I used. Tuesday homework. Connect the words with their meanings. That should be easy. Wednesday homework, start a timer, read the essay from page this one and the next previous one. How many minutes did you take? Thursday homework, copy the essay from page 63, 64 in your notebook. Now, why should you copy this? Because this is going to make you a better reader and a better writer. Chicken. and that's our goal in this class to make you an amazing reader so this is the lesson for today not too hard and i will see you soon in the next lesson until then